ਹੈਲੋ ਫਰੈਂਡਸ ਅਸਲਾਮ ਅਲੈਕਮ ਮਾਈ ਨਾਮ ਸੀਮ ਬੱਟੀ ਤੁਸੀਂ ਮੈਂ ਚੱਲਦੇ ਕੋ ਫਰੈਸ਼ ਵਲੋਗ ਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਨਵੀਂ ਵੀਡੀਓ ਤੇ ਅੱਜ ਸਾਡੇ ਤੁਹਾਡੇ ਵਾਸਤੇ ਇੱਕ ਸਾਈਡ ਨਿਊਜ਼ ਹੈ ਮੇਰੇ ਵਾਸਤੇ ਮੇਰੇ ਲਈ ਤੁਹਾਡੇ ਵਾਸਤੇ ਮੇਰੇ ਕੋਲ ਤੇ ਅੱਜ ਸਾਡੀ ਸਾਈਡ ਨਿਊਜ਼ ਇਹ ਗੱਲਾਂ ਹੈ ਕਿਉਂਕਿ ਮੇਰੇ ਤਾਇ ਜੀ ਦੀ ਮਸ਼ੀਨ ਚੋਰੀ ਹੋ ਚੁੱਕੀ ਹੈ ਤੇ ਰਾਤ ਨੂੰ ਉਹ ਸੁੱਤਾ ਪਿਆ ਸੀਗਾ ਇੱਥੇ ਭੈਣੀ ਤੇ ਸੌਂਦਾ ਇੱਕ ਉਹਦੀ ਗਾਂ ਸੀ ਤੇ ਇੱਕ ਮਸ਼ੀਨ ਸੀ ਬਸ ਉਹ ਵੀ ਹੱਥ ਤੇ ਪੱਠੇ ਕੁੱਟਣ ਵਾਲੀ ਉਹ ਵੀ ਵਿਚਾਰੀ ਲੋਏ ਦੇ ਕਰੀਬ ਸੀਗੀ ਤੇ ਉਹ ਨਾ ਕੋਈ ਰਾਤ ਨੂੰ ਚੋਰ ਖੋਲ ਕੇ ਲੈ ਗਏ ਇੱਥੇ ਹੁੰਦੀ ਸੀ ਆ ਜਗ੍ਹਾ ਤੇ ਇੱਥੇ ਬਸ ਜਿਹੜਾ ਲੱਤਵਾਵਾ ਸੀ ਉਹ ਛੱਡ ਗਿਆ ਬਾਕੀ ਜਿਹੜਾ ਉਹ ਚੱਕਾ ਸੀ ਕੁੱਤਰ ਨਾਲ ਉਹ ਲੈ ਗਏ ਹੈ ਤਾਂ ਜੀ ਤੁਹਾਨੂੰ ਕੀ ਲੱਗਦਾ ਕਿ ਇੱਕ ਨਾਮ ਸੀ ਕੀ ਮਾਰੀ ਹੋਈ ਹੈ ਹਾਂ ਜੀ ਮਾਰੀ ਹੋਈ ਹੈ ਹਾਂ ਜੀ ਹਾਂ ਧੂੜ ਪਟ ਗਿਆ ਵੈਸੇ ਵੀ ਸਰਦੀ ਅੱਜ ਮੈਨੂੰ ਤਾਂ ਸਦੀ ਬਹੁਤ ਲੱਗ ਰਹੀ ਹੈ ਗਰੀਬ ਬੰਦੇ ਵਾਸਤੇ ਲੈਣੀ ਬੜੀ ਔਖੀ ਚੀਜ਼ ਐ ਪਾਲਾ ਚੜ ਗਿਆ ਪਾਲਾ ਚੜ ਗਿਆ ਪਾਲਾ ਚੜ ਗਿਆ ਤੇ ਤੁਸੀਂ ਕੀ ਕਹਿਣਾ ਚਾਹੁੰਗੇ ਆਪਦੀ ਮਸ਼ੀਨ ਦੇ ਬਾਰੇ ਵਿੱਚ ਬਸ ਅੱਲਾਹ ਨੂੰ ਹਦਾਇਤ ਦੇਵੇ ਨੇਕੀ ਦੀ ਕਿੱਦੇ ਜਾਣਦਾ ਅੱਛੀ ਗੱਲ ਐ ਨਹੀਂ ਤਾਂ ਬੜਾ ਮੁਸ਼ਕਲ ਐ ਹਾਂ ਵੈਸੇ ਇਹ ਗੱਲ ਤਾਂ ਐ ਵੀ ਵਾਪਸ ਆਲੀ ਉਮੀਦ ਤਾਂ ਛੱਡੋ ਭੁੱਖਾ ਆਵਾਮ ਐ ਪਾਕਿਸਤਾਨ ਦੇ ਵੈਸੇ ਜਿਹੜਾ ਪ੍ਰੋਫੈਸ਼ਨਲ ਚੋਰ ਹੋਏਗਾ ਨਾ ਉਹ ਐਜਾ ਕੰਮ ਨਹੀਂ ਕਰੇਗਾ ਛੋਟੀ ਮੋਟੀ ਚੋਰੀ ਦਾ ਹੈ ਨਾ ਇਹ ਤੁਸੀਂ ਭਾਈ ਜਣੇ ਵੇ ਇਹ ਬਿਲਕੁਲ ਬਿਲਕੁਲ ਇਹ ਕੰਮ ਕਿਸੇ ਨਸ਼ਈ ਬੰਗੀ ਦਾ ਐ ਜਿਹੜੇ ਵੀ ਆਪਦਾ ਕਸ਼ ਪੂਰੀ ਕਰਨ ਵਾਸਤੇ ਮਸ਼ੀਨ ਹੀ ਲੈ ਗਿਆ ਕਿਉਂਕਿ ਉਹ ਧੱਕੇ ਹੁਣ ਚੜੀ ਹੈ ਤੇ ਅੱਜ ਕੱਲ ਕਿਵੇਂ ਚੱਲ ਰਿਹਾ ਪਾਕਿਸਤਾਨ ਦੇ ਲਾਤ ਬਿਲਕੁਲ ਠੀਕ ਚੱਲ ਰਿਹਾ ਕੋਈ ਮਸਲਾ ਨਹੀਂ ਬਾਕੀ ਜੀ ਮੇਰਾ ਤਾਜ ਜੀ ਬਹੁਤ ਸੈਡ ਨੇ ਕਿਉਂਕਿ ਕਿੰਨੇ ਕ ਦੀ ਮਸ਼ੀਨ ਹੋਏਗੀ ਅੰਦਾਜ਼ੇ ਤੌਰ ਤੇ ਉਹ ਕ੍ਰਮ ਸੇ ਲੋਹੇ ਦਾ ਸਾਹਣਾ ਸੀ ਟੋਕਾ ਮਸ਼ੀਨ ਦਾ ਇਹ ਜੀ 30000 ਦੀ 30000 ਦੇ ਤਾਂ ਹੈਗਾ हां जी तेरी 35000 ਦਾ ਕਿਉਂਕਿ ਅੱਜ ਕਾ ਮਾਮੂਲੀ ਕਿਉਂਕਿ ਲੋਇਆ ਹੀ ਜਿਹੜਾ ਕਚਰਾ ਵਾ ਉਹ ਹੀ ਇੰਨਾ ਮਹਿੰਗਾ ਇੱਕ ਮੇਖ ਲੋਰ ਤਾਂ 100 ਰੁਪਏ ਦੀ ਹੈ ਹਾਂ ਜੀ ਸਹੀ ਗੱਲ ਹੈ ਇੱਕ ਮੇਖ ਵੀ 100 ਰੁਪਏ ਦੀ ਹੈ ਤੇ ਜਿਹੜਾ ਬੰਦਾ ਮੇਖ ਨਹੀਂ ਲੈ ਸਕਦਾ ਉਹ ਕਿੱਥੇ ਟੋਕਾ ਲੈ ਲੂਗਾ ਹੁਣ ਜਿਵੇਂ ਜਿਵੇਂ ਕਿ ਬੰਦਾ ਲਾਲੋ ਸਾਹਿਬ ਕੇ ਬੰਦੇ ਦਾ ਅੱਖ ਵੀ ਨਾ ਕੁਝ ਨਹੀਂ ਨਾ ਤੇ ਬੰਦਾ ਜੇ ਜਾਨਵਰ ਰੱਖੇ ਫਿਰ ਟੋਕੇ ਵੀ ਨਾ ਇਹ ਬੰਦਾ ਕੁਝ ਨਹੀਂ ਕਿਉਂਕਿ ਕੁੱਤਰ ਕੇ ਪੋਣੇ ਬਹੁਤ ਔਖੇ ਆਕਸਰ ਬੰਦਾ ਪੱਟ ਵੀ ਲੈਂਦਾ ਵੱਡ ਵੀ ਲੈਂਦਾ ਕੁੱਤਰ ਨੇ ਓਖੇ ਹੋ ਜਾਂਦੇ ਐ ਐਵੇਂ ਆਣਾ ਹਾਂਜੀ ਹਾਂਜੀ ਬਾਕੀ ਇਹਨਾਂ ਨੇ ਉਮਰਾਂ ਗੁਜ਼ਾਰ ਲਈ ਐ ਚੋਰੀ ਕਦੀ ਹੋਈ ਨਹੀਂ ਸੀ ਪਰ ਪਹਿਲੀ ਵਾਰੀ ਹੋਈ ਐ ਇਹ ਪਹਿਲੀ ਵਾਰੀ ਹੋਈ ਐ ਸਾਡੇ ਖਾਨਦਾਨ ਚ ਪਹਿਲਾਂ ਹੀ ਕੰਮ ਕਰ ਗਿਆ ਇਹ ਪਹਿਲਾਂ ਹੀ ਕੋਈ ਕਰ ਗਿਆ ਬਸ ਅੱਲਾ ਨੂੰ ਹਿਦਾਇਤ ਦੇਵੇ ਮ사ਜ ਕਰ ਗਿਆ ਭਾਈ ਮ사ਜ ਕਰ ਗਿਆ ਅੱਗੇ ਹੀ ਮ사ਜ ਸੀ ਕਿਤੇ ਬਾਕੀ ਉਹ ਕਰ ਗਿਆ ਉਹਦੇ ਬੱਚੇ ਜਿੰਦੇ ਰਹਿਣ ਹਾਂ ਦੁਆ ਮੈਂ ਤਾਂ ਕਹਣਾ ਉਹਨੂੰ ਬਦਵਾ ਦੇ ਉਹਨੂੰ ਦੁਆ ਨਾ ਦੇ ਉਹਦਾ ਸਾਰੇ ਢਿੱਡ ਪੀੜ ਹੋ ਗਏ ਅੱਲਾ ਮਾਲਕ ਹੈ ਭਾਈ ਉਹਦਾ ਸਿਰ ਦੁਖੇ ਯਾ ਅਦਲਾ ਮੀ ਖਾਇ ਹਾਂਜੀ ਬਾਕੀ ਵੇਖ ਲੈ ਮਾੜਾ ਕਰ ਗਿਆ ਤੇ ਬਾਕੀ ਨਾ ਹਾਂ ਮਾੜਾ ਇਹ ਕੀ ਕਰ ਰਹੇ ਹੋ ਤੁਸੀਂ ਨੇ ਕੀ ਅੱਛਾ ਨੇ ਕੀ ਕਰ ਰਹੇ ਹਾਂਜੀ ਬਾਕੀ ਹੁਣ ਤਾਂ ਹੁੱਕਾ ਪੀਣ ਦਾ ਹੀ ਰਹਿ ਗਿਆ ਕਿਉਂਕਿ ਨੁਕਸਾਨ ਜਿਹੜਾ ਹੋਣਾ ਸੀ ਹੋ ਗਿਆ ਹੁੱਕਾ ਤਾਂ ਵੀ ਇਹ ਵੀ ਸਰਦਾ ਨਹੀਂ ਖਾਦੇ ਪੀਤੇ ਬਿਨਾਂ ਬਸ ਹੋਰ ਕੀ ਤੇ ਬਾਕੀ ਜੀ ਤੁਸੀਂ ਦੁਆ ਕਰੋ ਕਿ ਅੱਲਾਹ ਕਰੇ ਉਹ ਚੋਰ ਦੇ ਦਿਲ ਚ ਰਹਿਮ ਆਵੇ ਇਹਦਾ ਟੋਕਾ ਵਾਪਸ ਕਰ ਜਾਵੇ ਕਿਉਂਕਿ ਮਾੜਾ ਬੰਦਾ ਵੈ ਚੁੱਲਾ ਧੁਪੇ ਹੈ ਤੇ ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ ਚ ਤੇ ਦੁਆਵਾਂ ਚ ਰੱਖਿਆ ਜੋ ਯਾਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਮੈਂ ਤੁਹਾਡਾ ਮੈਨੂੰ ਇਜਾਜ਼ਤ ਦਿਓ ਅੱਲਾਹ